ਜੀ ਹਾਂ ਤੁਸੀਂ ਸੁਣ ਰਹੇ ਹੋ ਰੇਡੀਓ ਅੱਜ ਦਰਿਆ ਅੱਜ ਦਰਿਆ ਅੱਜ ਦਰਿਆ ਅੱਜ ਦਰਿਆ ਜੀ ਦੋਸਤੋ ਨਿੰਦਰ ਕੁ ਗਿਆਨਵੀ ਵੱਲੋਂ ਸਤਿ ਸ਼੍ਰੀ ਅਕਾਲ ਕਰੋ ਪ੍ਰਵਾਨ ਖਬਰਾਂ ਦੇ ਪਹਿਲੇ ਹਿੱਸੇ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ ਚੰਡੀਗੜ੍ਹ ਤੋਂ ਖਬਰ ਅੱਜ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਦੇ ਭਰੇ ਇਕੱਠ 'ਚ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦਾ ਅਹੁਦਾ ਸੰਭਾਲ ਲਿਆ ਪੰਜਾਬ ਦੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਹੋਏ ਇਸ ਸਮਾਗਮ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ रावत ਵੀ ਹਾਜ਼ਰ ਹੈ ਹੋਰਨਾਂ ਤੋਂ ਇਲਾਵਾ ਸਿੱਧੂ ਦੇ ਪਰਿਵਾਰ ਸਮੇਤ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੱਲ ਵੀ ਪੁੱਜੇ ਹੋਏ ਸਨ ਸਿੱਧੂ ਨੇ ਇਸ ਮੌਕੇ ਜੋਸ਼ੀਲੀ ਤਕਰੀਰ ਕੀਤੀ ਤੇ ਵਿਰੋਧੀ ਸਿਆਸੀ ਪਾਰਟੀਆਂ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਸਿੱਧੂ ਨੇ ਕਿਸਾਨਾਂ ਨੂੰ ਵੀ ਮਿਲਣ ਦੀ ਇੱਛਾ ਪ੍ਰਗਟਾਈ ਹੈ ਤੇ ਉਹਨਾਂ ਬਾਦਲਾਂ ਉੱਤੇ ਵੀ ਸ਼ਬਦੀ ਧੀਰਦਾਗੇ ਉਹਨਾਂ ਕਿਹਾ ਕਿ 15 ਅਗਸਤ ਤੋਂ ਸਿੱਧੂ ਦਾ ਬਿਸਤਰਾ ਕਾਂਗਰਸ ਭਵਨ ਵਿੱਚ ਲੱਗੇਗਾ ਤੇ ਪੰਜਾਬ ਦਿੱਲੀ ਦੇ ਮਾਡਲ ਦਾ ਜਿਹੜਾ ਖੜਪੱਚਾ ਹੈ ਉਹਦਾ ਦਿੱਤਾ ਜਾਏਗਾ ਸਿੱਧੂ ਨੇ ਮੰਚ ਤੋਂ ਆਪਣੇ ਪਿਤਾ ਭਗਵੰਤ ਸਿੰਘ ਸਿੱਧੂ ਨੂੰ ਵੀ ਸਤਿਕਾਰ ਕੀਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਦੀਆਂ ਤਾਰੀਫਾਂ ਦੇ ਪੌਲ ਆਪਣੇ ਭਾਸ਼ਣ ਚ ਖੂਬ ਬੰਨੇ ਤੇ ਸਿੱਧੂ ਦੇ ਪਿਤਾ ਨਾਲ ਪਰਿਵਾਰਕ ਸਾਂਝ ਦਾ ਵੀ ਜ਼ਿਕਰ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ਚ ਕਿਹਾ ਕਿ ਹੁਣ ਮੈਂ ਤੇ ਸਿੱਧੂ ਇਕੱਠੇ ਚੱਲਾਂਗੇ ਅੱਜ ਦੇ ਸਮਾਗਮ ਚ ਪ੍ਰਤਾਪ ਸਿੰਘ ਬਾਜਬਾ ਨੂੰ ਬੋਲਣ ਦਾ ਸਮਾਂ ਨਹੀਂ ਮਿਲਿਆ ਸਮਾਗਮ ਚ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਸਿੱਧੂ ਨਾਲ ਖਲੋਤੇ ਨਜ਼ਰ ਆਏ ਸਿੱਧੂ ਨਾਲ ਚੁਣੇਗੇ ਚਾਰ ਕਾਰਜਕਾਰੀ ਪ੍ਰਧਾਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਚ ਪਵਨ ਗੋਇਲ ਸੰਗਤ ਸਿੰਘ ਗਿਲਜੀਆਂ ਸੁਖਵਿੰਦਰ ਡੈਣੀ ਤੇ ਕੁਲਜੀਤ ਨਾਗਰਾ ਸ਼ਾਮਲ ਸਨ ਸਟੇ ਸੈਕਟਰੀ ਦੀ ਸੇਵਾ ਵੀ ਕੁਲਜੀਤ ਨਾਗਰਾ ਨੇ ਨਵਾਈ ਐ ਸਮਾਗਮ ਤੋਂ ਪਹਿਲਾਂ ਕੈਪਟਨ ਤੇ ਸਿੱਧੂ ਵੱਖੋ-ਵੱਖਰੀਆਂ ਗੱਡੀਆਂ 'ਚ ਗਏ ਲੰਚ ਵੇਲੇ ਕੈਪਟਨ ਤੇ ਸਿੱਧੂ ਇਕੱਠੇ ਨਜ਼ਰੀ ਆਏ ਕੈਪਟਨ ਨਾਲ ਕੁਰਸੀ ਉੱਤੇ ਪਹਿਲਾਂ ਸਾਫਕਾ ਕਾਂਗਰਸ ਪ੍ਰਧਾਨ ਹੰਸਪਾਲ ਬੈਠੇ ਸਨ ਫਿਰ ਸਿੱਧੂ ਨੂੰ ਉ체ਚਾ ਕੈਪਟਨ ਨਾਲ ਲੰਚ ਵੇਲੇ ਬਿਠਾਇਆ ਗਿਆ ਕੈਪਟਨ ਅੱਗੇ ਸਿੱਧੂ ਨੇ ਹੱਥ ਜੋੜ ਕੇ ਉਹਨਾਂ ਦਾ ਆਦਰ ਕੀਤਾ ਕੈਪਟਨ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਉਹਨਾਂ ਨੂੰ ਕਿਹਾ ਸੀ ਕਿ ਸਿੱਧੂ ਨੂੰ ਉਹ ਪ੍ਰਧਾਨ ਬਣਾਉਣਾ ਚਾਹੁੰਦੇ ਐ ਤਾਂ ਉਹਨਾਂ ਕਿਹਾ ਸੀ ਕਿ ਉਹਨਾਂ ਨੂੰ ਹਾਈ ਕਮਾਂਡ ਦਾ ਹਰ ਫੈਸਲਾ ਮਨਜ਼ੂਰ ਹੋਵੇਗਾ ਸਿੱਧੂ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਅਹੁਦੇ ਤਾਂ ਉਹਨਾਂ ਵਗਾ ਵਗਾ ਸੁੱਟੇ ਐ ਜਦੋਂ ਸਿੱਧੂ ਸਟੇਜ 'ਤੇ ਆਏ ਤਾਂ ਉਹਨਾਂ ਕੈਪਟਨ ਦੇ ਪੈਰੀਂ ਹੱਥ ਨਹੀਂ ਲਾਏ ਹੋਰਨਾ ਸਭ ਦੇ ਲਾਏ ਬੀਬੀ ਪੱਠਲ ਦਾ ਵੀ ਉਹਨਾਂ ਨੇ ਪੈਰੀਂ ਹੱਥ ਲਾ ਕੇ ਆਦਰ ਕੀਤਾ ਇਸ ਦੀਆਂ ਵੀਡੀਓਜ਼ ਧੜਾ ਧੜ ਵਾਇਰਲ ਹੋਈਆਂ ਚਾਸੀ ਸੂਤਰਾਂ ਨੇ ਕਿਹਾ ਕਿ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਭਾਵੇਂ ਇੱਕੋ ਮੰਚ ਤੇ ਇਕੱਠੇ ਨਜ਼ਰੀ ਆਏ ਐ ਪਰ ਇਹਨਾਂ ਚ ਆਪੋ ਵਿੱਚ ਦਾਲ ਨਹੀਂ ਬਣ ਸਕਦੀ ਕਿਉਂਕਿ ਸੂਤਰ ਕਹਿੰਦੇ ਐ ਅੰਦਰੋਂ ਅੰਦਰ ਕੈਪਟਨ ਤੇ ਸਿੱਧੂ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਤਤਪਰ ਰਹਿਣਗੇ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਆਉਣ ਵਾਲੇ ਦਿਨ ਨੇ ਇਹਨਾਂ ਦੇ ਮਤਭੇਦ ਹੋਰ ਰੰਗ ਵਿੱਚ ਨਿਖਰ ਕੇ ਸਾਹਮਣੇ ਆਉਣਗੇ ਦੂਜੇ ਪੱਲੇ ਆਕਾਲੀ ਦਲ ਭਾਜਪਾ ਯਾ ਆਮ ਆਦਮੀ ਪਾਰਟੀ ਨੇ ਸਿੱਧੂ ਦੇ ਪ੍ਰਧਾਨ ਬਣ ਤੇ ਭਾਵੇਂ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਅੰਦਰੋਂ-ਅੰਦਰੀ ਇਹ ਪਾਰਟੀਆਂ ਮਤਤ ਮੀਟਿੰਗਾਂ ਕਰਨ ਲੱਗ ਪਈਆਂ ਕਿ ਸਿੱਧੂ ਦੇ ਪ੍ਰਧਾਨ ਬਣ ਨਾਲ ਪੰਜਾਬ ਚ ਕਾਂਗਰਸ ਦੀ ਹਵਾ ਹੋਰ ਤੇਜ਼ ਹੁੰਦੀ ਹੈ ਜਾਂ ਮੱਠੀ ਪੈਂਦੀ ਹੈ ਕਾਂਗਰਸ ਕਿਸ ਕਰਵਟ ਬੈਂਦੀ ਹੈ 2022 ਦੀਆਂ ਚੋਣਾਂ ਚ ਕਾਂਗਰਸ ਦੇ ਹੱਥ ਪੱਲੇ ਕੀ ਆਉਂਦਾ ਇਸ ਤਰ੍ਹਾਂ ਦੀਆਂ ਕਿਆਸਰਾਈਆਂ ਤੇ ਸਲਾਹਾਂ مشਵਰੇ ਵਕ ਵਕ ਪਾਰਟੀਆਂ ਦੇ ਆਗੂ ਆਪੋ ਆਪਣੇ ਮਿੱਤਰਾਂ ਬੇਲੀਆਂ ਵਰਕਰਾਂ ਨੇਤਾਵਾਂ ਨਾਲ ਬੈਠ ਕੇ ਕਰਨ ਲੱਗੇ ਹੋਏ ਨੇ ਫਿਲਹਾਲ ਸਿਆਸੀ ਸੂਤਰਾਂ ਦੀ ਮੰਨੀਏ ਧੱਕਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਦੇ ਪ੍ਰਧਾਨ ਬਨਾਲਕ ਸਿੱਧੂ ਖੇਮਾ ਪੂਰੀ ਤਰ੍ਹਾਂ ਖੁਸ਼ ਹੈ ਸਿੱਧੂ ਨੇ ਸਟੇਜ ਉੱਤੋਂ ਕੈਪਟਨ ਦੇ ਸਾਹਮਣੇ ਫਿਰ ਸ਼ੱਕੇ ਲਾਏ ਜਾਖੜ ਨੇ ਸੁਖਜਿੰਦਰ ਸਿੰਘ ਰੰਧਾਵਾ ਕੈਬਨਟ ਮੰਤਰੀ ਨਾਲ ਸ਼ਿਕਵਾ ਕੀਤਾ ਕਿ ਮੈਨੂੰ ਤਾਂ ਮਣਾਉਣਾ ਹੀ ਤੁਸੀਂ ਭੁੱਲ ਗਏ ਸਿੱਧੂ ਦੇ ਸਮਾਗਮ ਵੇਲੇ ਬੇਰੁਜ਼ਗਾਰ ਅਧਿਆਪਕ ਪੰਜਾਬ ਕਾਂਗਰਸ ਭਵਨ ਦੀਆਂ ਛੱਤਾਂ ਤੇ ਚੜ ਗਏ ਹੰਗਾਮਾ ਕਰਨ ਲੱਗ ਪਏ ਅੱਜ ਮੋਗਾ ਚ ਵਾਪਰੇ ਭਿਆਨਕ ਬੱਸ ਹਾਦਸੇ ਚ ਮਾਰੇ ਗਏ ਪਰਿਵਾਰਾਂ ਦੇ ਮੈਂਬਰਾਂ ਦੀ ਸਾਰ ਜਾਣਨ ਲਈ ਨਵਜੋਤ ਸਿੰਘ ਸਿੱਧੂ ਜਲਦੀ ਉੱਥੇ ਪੁੱਜਣਗੇ ਔਰ ਸਿੱਧੂ ਦੀ ਤਾਜ਼ਪੋਸ਼ੀ ਮਗਰੋਂ ਕਾਂਗਰਸੀ ਵਿਧਾਇਕ ਜੋਸ਼ ਵਿੱਚ ਦਿਸ ਰਹੇ ਸਨ ਤੇ ਕਹਿ ਰਹੇ ਸਨ ਕਿ ਹੁਣ ਬਾਦਲਾਂ ਦੀਆਂ ਚੀਕਾਂ ਉਹ ਕਢਾ ਕੇ ਰਹਿਣਗੇ। ਨਿੰਦਰ ਕੁਗਿਆਨਵੀ ਤੋਂ ਖਬਰਾਂ ਦਾ ਪਹਿਲਾ ਹਿੱਸਾ ਵਿਸ਼ੇਸ਼ ਰਿਪੋਰਟ ਦੇ ਰੂਪ ਵਿੱਚ ਸੁਣ ਰਹੀ ਸੀ ਦੂਜਾ ਹਿੱਸਾ ਇੱਕ ਵਕਫੇ ਤੋਂ ਬਾਅਦ ਪੇਸ਼ ਹਿੰਮਤ ਸੱਚ ਲਿਖਣ ਬੋਲਣ ਤੇ ਸੁਣਨ ਦੀ ਅੱਜ ਦੋਸਤੋ ਨਿੰਦਰ ਕੁ ਗਿਆਨ ਵੀ ਤੋਂ ਸੁਣੋ ਖਬਰਾਂ ਦਾ ਦੂਜਾ ਹਿੱਸਾ ਅੱਜ ਮੋਗਾ ਵਿਖੇ ਵਾਪਰੇ ਭਿਆਨਕ ਬੱਸ ਹਾਦਸੇ 'ਚ ਮਾਰੇ ਗਏ ਪੰਜ ਲੋਕਾਂ ਦੀ ਮੌਤ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਗਾ ਦੁੱਖ ਪ੍ਰਗਟਾਇਆ ਮਾਰੇ ਗਏ ਲੋਕਾਂ 'ਚੋਂ ਕੁਝ ਲੋਕ ਸਿੱਧੂ ਦੇ ਉਹਦਾ ਸਮਾਗਮ 'ਚ ਜਾ ਰਹੇ ਸਨ ਪੰਜਾਬ ਸਰਕਾਰ ਨੇ ਮ੍ਰਿਤਕਾਂ ਲਈ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਤੇ ਉਗੇ ਅਦਾਕਾਰ ਸੌਨੂ ਸੂਦ ਜ਼ਖਮੀਆਂ ਦਾ ਹਾਲ ਚਾਲ ਪੁੱਜਣ ਹਸਪਤਾਲ ਪੁੱਜੇ ਉਹਨਾਂ ਵੀ ਵਿਸ਼ੇਸ਼ ਮਦਦ ਦਾ ਐਲਾਨ ਕੀਤਾ ਹੈ ਬਾਦਲਾਂ ਦੇ ਹਲਕੇ ਲੰਬੀ ਤੋਂ ਖਬਰ ਜਿੱਥੇ ਕਾਂਗਰਸ ਨੂੰ ਅੱਜ ਵੱਡਾ ਝਟਕਾ ਲੱਗਿਆ ਜਦੋਂ ਗਰਮੀਤ ਖੋਡੀਆਂ ਨੇ ਕਾਂਗਰਸ ਤੋਂ ਵੱਖ ਹੋਣ ਦਾ ਐਲਾਨ ਕੀਤਾ ਗਰਮੀਤ ਸਿੰਘ ਖੋਡੀਆਂ ਜਥੇਦਾਰ ਜਗਦੇਵ ਸਿੰਘ ਖੋਡੀਆਂ ਸਾਬਕਾ ਮੈਂਬਰ ਪਾਰਲੀਮੈਂਟ ਦੇ ਪੁੱਤਰ ਹਨ ਤੇ ਉੱਗੇ ਕਾਂਗਰਸੀ ਹਨ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਦਾ ਮੁੱਦਾ ਅੱਜ ਫਿਰ ਤੋਂ ਗਰਮਾਇਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਬੈਂਸ ਨੂੰ ਬਲਾਤਕਾਰ ਕੇਸ 'ਚ ਗ੍ਰਿਫਤਾਰ ਕਰਨ ਤੇ ਇੱਕ ਹਫ਼ਤੇ 'ਚ ਚਲਾਨ ਪੇਸ਼ ਕਰਨ ਦੀ ਮੰਗ ਕੀਤੀ ਹੈ ਅੱਜ ਇਸ ਕੇਸ ਵਿੱਚ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਬੈਂਸ ਨੂੰ ਝਟਕਾ ਦਿੱਤਾ ਹੈ ਹਾਈ ਕੋਰਟ ਨੇ ਬੈਂਸ ਨੂੰ ਰਾਹਤ ਨਹੀਂ ਦਿੱਤੀ ਉੱਚ ਕੋਟ ਨੇ ਹੇਠਲੀ ਅਦਾਲਤ ਨੂੰ ਹੁਕਮ ਕੀਤਾ ਹੈ ਕਿ ਉਹ ਬੈਂਸ ਖਿਲਾਫ ਮਾਮਲਾ ਦਰਜ ਕਰੇ ਨਵੀਂ ਦਿੱਲੀ ਤੋਂ ਖਬਰ ਆਮਦਨ ਕਰ ਵਿਭਾਗ ਨੇ ਵੱਡੇ ਮੀਡੀਆ ਘਰਾਣੇ ਦੇਨਕਰ ਪਾਸਕਰ ਤੇ ਕਈ ਸੂਬਿਆਂ ਪੈਂਦੇ ਦਫ਼ਤਰਾਂ ਤੇ ਉੱਤਰ ਪ੍ਰਦੇਸ਼ ਅਧਾਰਿਤ ਟੀਵੀ ਚੈਨਲ ਭਾਰਤ ਸਮਾਚਾਰ ਦੇ ਕਥਿਤ ਟੈਕਸ ਚੋਰੀ ਦੇ ਦੋਸ਼ਾ ਥੱਲੇ ਛਾਪੇ ਮਾਰੇ ਛਾਪਿਆਂ ਦੀ ਕਈ ਆਗੂਆਂ ਨੇ ਤਿੱਖੀ ਅਲੋਚਨਾ ਕੀਤੀ ਹੈ ਉਧਰ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕਰ ਨੇ ਕਿਹਾ ਹੈ ਕਿ ਏਜੰਸੀਆਂ ਆਪਣਾ ਕੰਮ ਕਰਦੀਆਂ ਤੇ ਉਹਨਾਂ ਦਾ ਕੰਮ 'ਚ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ ਹੈ ਨਵੀਂ ਦਿੱਲੀ ਤੋਂ ਕਿਸਾਨ ਅੰਦੋਲਨ ਨਾਲ ਜੁੜੀ ਖਬਰ ਕਿਸਾਨਾਂ ਨੇ ਜੰਤਰ ਮੰਤਰ ਉੱਤੇ ਕਿਸਾਨ ਸੰਸਦ ਦਾ ਪ੍ਰਬੰਧ ਕਰਕੇ ਕੇਂਦਰੀ ਹਕੂਮਤ ਨੂੰ ਸੁਣਾਇਆ ਦਿੱਤਾ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾ ਦਿੱਲੀ ਦੇ ਬਾਹਰਾਂ ਤੋਂ ਆਪਣਾ ਅੰਦੋਲਨ ਨਹੀਂ ਖਤਮ ਕਰਨਗੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸੰਸਦ ਦੇ ਐਨ ਨਜ਼ਦੀਕ ਜੰਤਰ ਪ੍ਰਦਰਸ਼ਨ ਤੇ ਕਿਸਾਨ ਸੰਸਦ ਦੌਰਾਨ ਕਿਸਾਨਾਂ ਨੇ ਕੇਂਦਰੀ ਮੰਤਰੀਆਂ ਦੇ ਕਾਨੂੰਨਾਂ ਬਾਰੇ ਖੋਖਲੇ ਦਾਅਵਿਆਂ ਨੂੰ ਨਕਾਰਿਆ ਕਿਸਾਨ ਸੰਸਦ ਚ ਹਿੱਸਾ ਲੈਣ ਵਾਲੇ ਮੈਂਬਰਾਂ ਨੇ ਏ ਪੀ ਐਮ ਸੀ ਮੀਡੀਆ ਸੰਬੰਧੀ ਐਕਟ ਬਾਰੇ ਵਿਚਾਰ-ਵਟਾਂਦਰੇ ਦੌਰਾਨ ਕਈ ਨੁਕਤੇ ਵੀ ਉਠਾਏ ਖਬਰ ਨਵੀਂ ਦਿੱਲੀ ਤੋਂ ਕੇਂਦਰੀ ਖੇਤੀਬਾੜੀ ਮੰਤਰੀ ਨਿਰੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਮੋੜ ਤੋਂ ਗੱਲਬਾਤ ਦਾ ਸੱਦਾ ਦਿੱਤਾ ਉਹ ਅੰਦੋਲਨ ਦਾ ਰਾਹ ਛੱਡ ਕੇ ਗੱਲਬਾਤ ਲਈ ਅੱਗੇ ਆਉਣ ਤੋਮਰ ਨੇ ਕਿਹਾ ਉਹਨਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਹੈ ਜੰਤਰ ਮੰਤਰ ਤੇ ਕਿਸਾਨ ਸੰਸਦ ਬਾਰੇ ਪੁੱਛੇ ਜਾਣ ਤੇ ਤੋਮਰ ਨੇ ਕਿਹਾ ਕਿ ਜੇਕਰ ਕਿਸਾਨ ਖੇਤੀ ਕਾਨੂੰਨਾਂ 'ਚ ਕੋਈ ਖਾਮੀਆਂ ਨੂੰ ਲੈ ਕੇ ਆਉਂਦੇ ਹੈ ਤਾਂ ਸਰਕਾਰ ਉਹਨਾਂ ਨਾਲ ਗੱਲਬਾਤ ਕਰਨ ਲਈ ਰਾਜ਼ੀ ਹੈ। ਖਬਰ ਆ ਰਹੀ ਹੈ ਇੱਕ ਹੋਰ ਸੰਸਦ ਦੇ ਦੋਵਾਂ ਸਦਨਾਂ ਲੋਕ ਸਭਾ ਤੇ ਰਾਜ ਸਭਾ 'ਚ ਵਿਰੋਧ ਦੀ ਧਿਰ ਨੇ ਵਕ-ਵਕ ਮੁੱਦਿਆਂ ਤੇ ਹਗਾਮਾ ਕੀਤਾ ਹੈ ਜਿਸ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਵਾਰ-ਵਾਰ ਮੁਲਤਵੀ ਕੀਤੀ ਜਾਣ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਨੇ ਲੋਕ ਸਭਾ ਚ ਖੇਤੀ ਕਾਨੂੰਨਾਂ ਜਰਕੇ ਰਾਜ ਸਭਾ ਚ ਪੈਗਾਸਸ ਤੇ ਦੈਨਿਕ ਪਾਸਕਰ ਗਰੁੱਪ ਤੇ ਆਮਦਨ ਕਰ ਵਿਭਾਗ ਤੇ ਛਾਪੀਆਂ ਸਮੇਤ ਕਈ ਹੋਰ ਮੁੱਦਿਆਂ ਤੇ ਹਗਾਮਾ ਕੀਤਾ। ਕੁਮਾਂਤਰੀ মিডিਆ ਗਰੁੱਪ ਨੇ ਆਪਣੀ ਰਿਪੋਰਟ ਚ ਦਾਵਾ ਕੀਤਾ ਹੈ ਕਿ ਦলাই ਲਾਮਾ ਦੇ ਮੁੱਖ ਸਲਾਹਕਾਰਾਂ ਤੇ ਨੈਸ਼ਨਲ ਸੋਸ਼ਲਿਸਟ ਕਾਉਂਸਲ ਆਫ ਨਗਾਲੇਮ ਦੇ ਕਈ ਆਗੂਆਂ ਦੇ ਫੋਨ ਨੰਬਰ ਵੀ ਉਸ ਦੀ ਸੂਚੀ ਸ਼ਾਮਲ ਹੈ ਜਨਾਰੋਂ ਇਜ਼ਰਾਈਲੀ ਸਪਾਈਵੇਅਰ ਪੈਗਾਸਸ ਰਾਹੀਂ ਨਿਸ਼ਾਨਾ ਬਣਾਇਆ ਗਿਆ। ਖਬਰ ਚੰਡੀਗੜ੍ਹ ਤੋਂ ਟੋਕੀਓ ਦੇ ਆਲੀਸ਼ਾਨ ਨੈਸ਼ਨਲ ਸਟੇਡੀਅਮ 'ਚ ਅੱਜ ਭਾਰਤੀ ਸਮਾਂ ਜਿਹੜਾ 8 ਵਜੇ ਰਾਤ ਨੂੰ 4:30 ਵਜੇ 올림픽 ਖੇਡਾਂ ਦਾ ਉਦਘਾਟਨੀ ਸਮਾਰੋਹ ਉੱਥੋਂ ਦੇ 4:30 ਸ਼ੁਰੂ ਹੋਇਆ ਇਸ ਸਾਲ 25 ਮਾਰਚ ਨੂੰ ਯੂਨਾਨੀਅਨ ਦੇ ਸ਼ਹਿਰ 올ੰਪੀਆ ਦੇ ਖੰਡਰਾਂ ਤੋਂ ਜਗਦੀ ਮਸ਼ਾਲ ਟੋਕੀਓ ਪਹੁੰਚੀ ਇਸ ਦੇ ਨਾਲ 32ਵੀਂ 올ੰਪਿਕ ਖੇਡਾਂ ਦੀ ਜੋਤ ਜਗਾਈ ਗਈ ਜੋ ਖੇਡਾਂ ਦੌਰਾਨ 8 ਅਗਸਤ ਤੱਕ ਦਿਨ ਰਾਤ ਜਗਦੀ ਰਹੇਗੀ 올ੰਪਿਕ ਮਸ਼ਾਲ ਨੂੰ ਅਨੇਕਾਂ ਖਿਡਾਰੀ ਹੱਥੋਂ ਹੱਤ 올ੰਪਿਕ ਖੇਡਾਂ ਦੇ ਸ਼ਹਿਰ ਲਿਆਉਂਦੇ ਆ ਉੰਜ ਟੋਕੀਓ 올림픽 ਖੇਡਾਂ ਦੇ ਪ੍ਰਬੰਧਕਾਂ ਨੇ ਜੇ ਤੀਕੇ ਪੇਤ ਰੱਖਿਆ ਕਿ ਕਿਹੜਾ ਖਿਡਾਰੀ ਤੇ ਕਿਹੜੀ ਖਿਡਾਰਨ ਰਲ ਕੇ 올ੰਪੀਆ ਤੋਂ ਲਿਆਂਦੀ ਮਿਸ਼ਾਲ ਨਾਲ ਜੋਤ ਜਗਾਉਣਗੇ ਖੰਨੇ ਤੋਂ ਖਬਰ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦਾ ਭਤੀਜਾ ਸਤਨਾਮ ਸਿੰਘ ਪੁੱਤਰ ਸੱਤਾ ਦੂਲੋ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਅਕਾਲੀ ਧਰ ਵਿੱਚ ਰਲ ਗਿਆ ਪੰਜਾਬ ਤੇ ਹਰਿਆਣਾ ਦੇ ਮੌਸਮ ਦੀ ਗੱਲ ਕਰੀਏ ਤਾਂ ਕੁਛ ਲੱਗਿਆ ਕਿ ਬੀਤੀ ਰਾਤ ਤੋਂ ਪਹਿਰੇ ਮੀਂਹ ਕਾਰਨ ਤਾਪਮਾਨ ਵਿੱਚ ਗਰਾਵਟਾਈ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਮੀ ਕਰਨ ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਦਿਖਾਈ ਦਿੱਤੀ ਹੈ ਦੂਜੇ ਪਾਸੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਪਾਣੀ ਭਰਨ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਪਟਿਆਲਾ ਚ ਫਸਲਾਂ ਦੇ ਡੁੱਬਣ ਕਾਰਨ ਕਾਫੀ ਨੁਕਸਾਨ ਹੈ ਜਿਸ ਕਾਰਨ ਕਿਸਾਨਾਂ ਨੇ ਸਰਕਾਰ ਤੋਂ ਨੁਕਸਾਨੀਆਂ ਫਸਲਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਮੌਸਮ ਭਾਗ ਕਹਿੰਦਾ ਹੈ ਕਿ ਆਉਣ ਵਾਲੇ 2 ਦਿਨ ਬਦਲਵਾਈ ਦੇ ਨਾਲ ਨਾਲ ਪੰਜਾਬ ਚ ਕਿਣਮਣ ਜਾਰੀ ਰਹੇਗੀ ਨਿੰਦਰ ਕੋ ਗਿਆਨ ਵੀ ਤੋਂ ਤੁਸੀਂ ਖਬਰਾਂ ਆਂ ਦਾ ਦੂਜਾ ਹਿੱਸਾ ਸੁਣ ਰਹੇ ਸੀ ਅੱਜ ਦੀਆਂ ਖਬਰਾਂ ਇੱਥੇ ਮੁਕਤੀਆਂ ਦੀ ਉਜਾਸਤ ਆਪਾਂ ਕੱਲ ਮਿਲਦੇ ਹਾਂ ਤਦ ਤੱਕ ਲਈ ਰਾਬਰਾ ਸਕਾਟਲੈਂਡ ਦੀ ਧਰਤੀ ਤੋਂ ਪੰਜਾਬੀਅਤ ਦੇ ਸ਼ੂਕ ਦੇ ਦਰਿਆ ਵਰਗਾ ਨਾਂ ਅੱਜ